ਇੱਕ ਜਿਹਨੂੰ ਮੈਂ ਹਰਾਇਆ ਬਿੱਟੂ ਬਿੱਟੂ, ਉਹਨੂੰ ਮੈਂ ਹਰਾ ਕੇ ਆਇਆ ਹੁਣ ਬੇਅੰਤ ਸਿੰਘ ਦੇ ਪੋਤੇ ਨੂੰ। ਉਹ ਨਕਲੀ ਰੇਲਵੇ ਮੰਤਰੀ ਬਣਿਆ, ਉਹਦੇ ਪੱਲੇ ਧੇਲਾ ਨੀ। ਉਹ ਕਹਿੰਦਾ ਰੇਲਵੇ ਦੀ ਨੌਕਰੀ ਨੂੰ ਹੁਣੇ ਲਵਾ ਦਿੰਦਾ। ਨਾ ਕਿਸੇ ਨੇ ਤੁਹਾਡੇ ਚੋਂ ਰੇਲਵੇ ਦੀ ਨੌਕਰੀ ਭਰੀ ਹੈ, ਨਾ ਸੀਆਰਪੀਐਫ ਦੀ ਭਰੀ, ਨਾ ਬੀਐਸਐਫ ਦੀ ਭਰੀ। ਲਵਾਊ ਕਰੇ ਨਾ ਇਹ ਪੁੱਛੋ ਉਹਨੂੰ ਕਿ ਤੂੰ 20 ਸਾਲ ਲਗਾਤਾਰ ਇੱਥੇ ਮੰਤਰੀ ਨੇ, ਇੱਕ ਨੌਕਰੀ ਦੱਸ ਦੇ ਜੇ ਤੂੰ ਦਿੱਤੀ ਹੈ ਮਨਪ੍ਰੀਤ ਬਾਦਲ ਸਿਆਹ 20 ਸਾਲਾਂ ਚ ਖਜ਼ਾਨਾ ਮੰਤਰੀ, ਇੱਕ ਕੋਠਾ ਗਿਣਾ ਦੇ ਜੇ ਤੂੰ ਦਿੱਤਾ ਤਾਂ ਸਾਨੂੰ ਦੁਖਾ ਤਾਂ ਦੇ, ਫਿਰ ਅਸੀਂ ਤੈਨੂੰ ਜਿਤਾ ਦਿਆਂਗੇ। ਉਹਦਾ ਭਾਸ਼ਣ ਸੁਣ ਕੇ ਤਾੜੀਆਂ ਮਾਰੀ ਜਾਂਦੇ ਹੋ, ਭਗਵੰਤ ਮਾਨ ਦਾ ਭਾਸ਼ਣ ਸੁਣ ਕੇ ਤਾੜੀਆਂ ਮਾਰੀ ਜਾਂਦੇ ਹੋ। ਨਹੀਂ ਰਾਜਾ ਵੜਿੰਗ ਵਿਖਾ ਦੂਗਾ ਤੁਹਾਡੇ ਪਿੰਡ ਚ 3-4 ਬੰਦਿਆਂ ਨੂੰ ਨੌਕਰੀ ਤੇ ਚੜਾਇਆ, ਰਾਜਾ ਵੜਿੰਗ ਵਿਖਾ ਦੂਗਾ ਤੁਹਾਨੂੰ 20-50 ਕਮਰੇ ਪਾਏ। ਰਾਜਾ ਵੜਿੰਗ ਵਿਖਾ ਦੂਗਾ ਗਰੀਬਾਂ ਵਾਸਤੇ ਉਹ 1.5-2 ਕਰੋੜ ਰੁਪਏ ਦੀ ਥਾਂ ਮੈਂ ਕੱਢ ਕੇ ਵੀ ਨੱਪੀ ਜਾਣੀ ਸੀ, ਤੁਹਾਡੇ ਵਾਸਤੇ ਪੈਲੇਸ ਬਣਾਇਆ। ਸਰਕਾਰ ਚਲੀ ਗਈ ਨਹੀਂ, ਉਹਦੇ ਤੇ ਅਗਲੀ ਆ ਰਹੀ ਜਿੱਥੇ ਸਰਕਾਰ ਆ ਗਈ, 1.5 ਕਰੋੜ ਰੁਪਇਆ ਲਾਊਂਗਾ, ਪੈਸਾ ਅੰਦਰੋਂ ਚਮਕਾਊਂਗਾ। ਵੱਡੇ ਵੱਡੇ ਪੈਲੇਸ ਵੀ ਤੁਸੀਂ ਭੁੱਲ ਗਿਆ ਕਰੋਗੇ, ਤੁਹਾਡੇ ਵਾਲਾ ਜਿਹੜਾ ਮੈਂ ਸ਼ੁਰੂ ਕੀਤਾ। ਆਹ ਗਲੀਆਂ ਰਾਜੇ ਵੜਿੰਗ ਨੇ ਬਣਾਈਆਂ, ਬਾਬੇ ਧਿਆਨ ਦਾਸ ਦੇ ਪਾਰਕ, ਬਾਬਾ ਧਿਆਨ ਦਾਸ ਜੀ ਦੀ ਕਿਰਪਾ ਹੋ ਗਈ ਆਪਣੇ ਤੇ, ਇਹ ਵੱਡੇ ਰਹੇ। ਇਹਨਾਂ ਨੇ ਕਿਸੇ ਨੇ ਨੀ ਕੁਝ ਕੀਤਾ, ਸਾਰੇ ਸਕੂਲਾਂ ਦੀ ਮੁਰੰਮਤ ਤੇ ਕੁੜੀਆਂ ਵਾਲਾ ਵੱਡੇ ਸਕੂਲ, ਇਹ ਸਾਰੇ ਉੱਥੇ ਕਮਰੇ ਨੇ ਪਾਏ ਤੇ ਸਾਰੇ ਸਕੂਲਾਂ ਚ ਪੈਸੇ ਦੇ ਕੇ ਵਧੀਆ ਬਣਾਏ, ਪਾਣੀ ਦੇ ਮਸਲੇ ਹੱਲ ਕੀਤੇ। ਇਹ ਸਾਰੇ ਦੇ ਸਾਰੇ ਕੰਮ ਰਾਜੇ ਵੜਿੰਗ ਨੇ ਕੀਤੇ ਹੋ ਮੇਰੀ ਮਾਤਾ ਭੈਣੋ। ਤੇ ਝਾੜੂ ਕਹਿੰਦਾ ਸੀ ਅਸੀਂ 1000-1000 ਰੁਪਇਆ ਵਿਆਹ ਕਰਾਂਗੇ ਕੁੜੀਆਂ ਨੂੰ, 1000-1000 ਮਹੀਨੇ ਦਾ। ਆ ਗਿਆ ਨਹੀਂ ਆਇਆ, ਪਰ ਸਾਡਾ 1000 ਭੁੱਲ ਗਈਆਂ ਅਸੀਂ। 500 ਰੁਪਇਆ ਬਾਦਲ ਦੇ ਵੇਲੇ ਪੈਨਸ਼ਨ ਸੀ, ਅਸੀਂ 1500 ਰੁਪਇਆ ਪੈਨਸ਼ਨ ਕੀਤੀ, 1000 ਰੁਪਇਆ ਵਧਾਇਆ ਤੁਹਾਡਾ ਕਿ ਨਹੀਂ ਵਧਾਇਆ? ਤੁਹਾਡਾ ਬੱਸਾਂ ਦਾ ਕਿਰਾਇਆ ਕਿਹਨੇ ਮੁਫ਼ਤ ਕੀਤਾ? ਆ ਜਿਹੜਾ ਝਾੜੂ ਵਾਲਾ ਮੁੰਡਾ ਇਹ ਕਹਿੰਦਾ ਵੀ ਮੈਂ ਤੁਹਾਡਾ ਆਹ ਕੰਮ ਕਰੂੰਗਾ, ਉਹ ਕਰੂੰਗਾ, ਤੇਰੀਆਂ ਬੱਸਾਂ ਚੱਲਦੀਆਂ ਨੇ ਤਾਂ ਸਾਡੀ ਟਿਕਟ ਹੀ ਮੁਫ਼ਤ ਕਰਦੇ, ਕਮਰਾ ਤਾਂ ਛੱਡ ਤੂੰ, ਤੇਰੀ ਬੱਸਾਂ ਦਾ 5 ਰੁਪਇਆ ਵੀ ਸਾਡੀ ਟਿਕਟ ਤਾਂ ਮੁਫ਼ਤ ਨਹੀਂ ਕਰਦਾ। ਤੇ ਰਾਜੇ ਵੜਿੰਗ ਦੀ ਬੱਸ ਚੱਲਦੀ ਹੋਵੇ ਤੋਤੇ ਹੋ, ਤੇ ਮੇਰੀ ਬੇਬੇ ਬੁੜੀ ਤੋਂ ਮੈਂ 12 ਰੁਪਇਆ ਲਵਾਂ, ਮੈਨੂੰ ਸ਼ਰਮ ਆਉਣੀ ਚਾਹੀਦੀ ਹੈ। ਤੇ ਉਹ ਸੁਣੀ ਜਾਂਦੀਆਂ ਬੇਬੇ ਵੀ ਇਹ ਨੌਕਰੀਆਂ ਦੇਊਗਾ ਤੇ ਕਮਰੇ ਪਾਊਗਾ, ਜਿਹੜਾ 12 ਰੁਪਇਆ ਨਹੀਂ ਛੱਡ ਸਕਦਾ ਨੌਕਰੀ ਨਹੀਂ ਦੇ ਸਕਦਾ। ਇੱਕ ਜਿਹਨੂੰ ਮੈਂ ਹਰਾਇਆ ਬਿੱਟੂ ਬਿੱਟੂ, ਉਹਨੂੰ ਮੈਂ ਹਰਾ ਕੇ ਆਇਆ ਹੁਣ ਬੇਅੰਤ ਸਿੰਘ ਦੇ ਪੋਤੇ ਨੂੰ। ਉਹ ਨਕਲੀ ਰੇਲਵੇ ਮੰਤਰੀ ਬਣਿਆ, ਉਹਦੇ ਪੱਲੇ ਧੇਲਾ ਨੀ। ਉਹ ਕਹਿੰਦਾ ਰੇਲਵੇ ਦੀ ਨੌਕਰੀ ਨੂੰ ਹੁਣੇ ਲਵਾ ਦਿੰਦਾ। ਨਾ ਕਿਸੇ ਨੇ ਤੁਹਾਡੇ ਚੋਂ ਰੇਲਵੇ ਦੀ ਨੌਕਰੀ ਭਰੀ ਹੈ, ਨਾ ਸੀਆਰਪੀਐਫ ਦੀ ਭਰੀ, ਨਾ ਬੀਐਸਐਫ ਦੀ ਭਰੀ। ਲਵਾਊ ਕਰੇ ਨਾ ਇਹ ਪੁੱਛੋ ਉਹਨੂੰ ਕਿ ਤੂੰ 20 ਸਾਲ ਲਗਾਤਾਰ ਇੱਥੇ ਮੰਤਰੀ ਨੇ, ਇੱਕ ਨੌਕਰੀ ਦੱਸ ਦੇ ਜੇ ਤੂੰ ਦਿੱਤੀ ਹੈ ਮਨਪ੍ਰੀਤ ਬਾਦਲ ਸਿਆਹ 20 ਸਾਲਾਂ ਚ ਖਜ਼ਾਨਾ ਮੰਤਰੀ, ਇੱਕ ਕੋਠਾ ਗਿਣਾ ਦੇ ਜੇ ਤੂੰ ਦਿੱਤਾ ਤਾਂ ਸਾਨੂੰ ਦੁਖਾ ਤਾਂ ਦੇ, ਫਿਰ ਅਸੀਂ ਤੈਨੂੰ ਜਿਤਾ ਦਿਆਂਗੇ। ਉਹਦਾ ਭਾਸ਼ਣ ਸੁਣ ਕੇ ਤਾੜੀਆਂ ਮਾਰੀ ਜਾਂਦੇ ਹੋ, ਭਗਵੰਤ ਮਾਨ ਦਾ ਭਾਸ਼ਣ ਸੁਣ ਕੇ ਤਾੜੀਆਂ ਮਾਰੀ ਜਾਂਦੇ ਹੋ।
ਨਹੀਂ ਰਾਜਾ ਵੜਿੰਗ ਵਿਖਾ ਦੂੰਗਾ ਤੁਹਾਡੇ ਪਿੰਡ ਚ ਤਿੰਨ ਚਾਰ ਬੰਦਿਆਂ ਨੂੰ ਨੌਕਰੀ ਤੇ ਚੜਾਇਆ, ਰਾਜਾ ਵੜਿੰਗ ਵਿਖਾ ਦੂੰਗਾ ਤੁਹਾਨੂੰ 20-50 ਕਮਰੇ ਪਾਏ, ਰਾਜਾ ਵੜਿੰਗ ਵਿਖਾ ਦੂੰਗਾ ਗਰੀਬਾਂ ਵਾਸਤੇ ਉਹ 1.5-2 ਕਰੋੜ ਰੁਪਏ ਦੀ ਥਾਂ ਮੈਂ ਕੱਢ ਕੇ ਨਹੀਂ ਨੱਪੀ ਜਾਣੀ ਸੀ, ਤੁਹਾਡੇ ਵਾਸਤੇ ਪੈਲੇਸ ਬਣਾਇਆ। ਸਰਕਾਰ ਚਲੀ ਗਈ ਨਹੀਂ, ਉਹਦੇ ਤੇ ਅਗਲੀ ਆ ਰਹੀ ਜਿੱਦੇ ਸਰਕਾਰ ਆ ਗਈ, 1.5 ਕਰੋੜ ਰੁਪਇਆ ਲਾਊਂਗਾ, ਪੈਸਾ ਅੰਦਰੋਂ ਚਮਕਾਊਂਗਾ। ਵੱਡੇ ਵੱਡੇ ਪੈਲੇਸ ਵੀ ਤੁਸੀਂ ਭੁੱਲ ਗਿਆ ਕਰੋਗੇ, ਤੁਹਾਡੇ ਵਾਲਾ ਜਿਹੜਾ ਮੈਂ ਸ਼ੁਰੂ ਕੀਤਾ। ਆ ਗਲੀਆਂ ਰਾਜੇ ਵੜਿੰਗਲੇ ਬਣਾਈਆਂ, ਬਾਬੇ ਧਿਆਨ ਦਾਸ ਦੇ ਪਾਰਕ, ਬਾਬਾ ਧਿਆਨ ਦਾਸ ਜੀ ਦੀ ਕਿਰਪਾ ਹੋ ਗਈ ਆਪਣੇ ਤੇ, ਇਹ ਵੱਡੇ ਰਹੇ, ਇਹਨਾਂ ਨੇ ਕਿਸੇ ਨੇ ਨੀ ਕੁਝ ਕੀਤਾ। ਸਾਰੇ ਸਕੂਲਾਂ ਦੀ ਮੁਰੰਮਤ ਤੇ ਕੁੜੀਆਂ ਵਾਲਾ ਵੱਡੇ ਸਕੂਲ, ਇਹ ਸਾਰੇ ਉੱਥੇ ਕਮਰੇ ਨੇ ਪਾਏ ਤੇ ਸਾਰੇ ਸਕੂਲਾਂ ਚ ਪੈਸੇ ਦੇ ਕੇ ਵਧੀਆ ਬਣਾਏ, ਪਾਣੀ ਦੇ ਮਸਲੇ ਹੱਲ ਕੀਤੇ, ਇਹ ਸਾਰੇ ਦੇ ਸਾਰੇ ਕੰਮ ਰਾਜੇ ਵੜਿੰਗਲੇ ਕੀਤੇ ਹੋ ਮੇਰੀ ਮਾਤਾਓ ਭੈਣੋ। ਤੇ ਝਾੜੂ ਕਹਿੰਦਾ ਸੀ ਅਸੀਂ 1000-1000 ਰੁਪਇਆ ਵਿਆਹ ਕਰਾਂਗੇ ਕੁੜੀਆਂ ਨੂੰ, 1000-1000 ਮਹੀਨੇ ਦਾ। ਆ ਗਿਆ ਨਹੀਂ ਆਇਆ, ਪਰ ਸਾਡਾ 1000 ਭੁੱਲ ਗਈਆਂ। ਅਸੀਂ 500 ਰੁਪਇਆ ਬਾਦਲ ਦੇ ਵੇਲੇ ਪੈਨਸ਼ਨ ਸੀ, ਅਸੀਂ 1500 ਰੁਪਇਆ ਪੈਨਸ਼ਨ ਕੀਤੀ, 1000 ਰੁਪਇਆ ਵਧਾਇਆ ਤੁਹਾਡਾ ਕਿ ਨਹੀਂ ਵਧਾਇਆ? ਤੁਹਾਡਾ ਬੱਸਾਂ ਦਾ ਕਿਰਾਇਆ ਕਿਹਨੇ ਮੁਫ਼ਤ ਕੀਤਾ? ਆ ਜਿਹੜਾ ਝਾੜੂ ਵਾਲਾ ਮੁੰਡਾ ਹੈ, ਇਹ ਕਹਿੰਦਾ ਵੀ ਮੈਂ ਤੁਹਾਡਾ ਆਹ ਕੰਮ ਕਰੂੰਗਾ, ਉਹ ਕਰੂੰਗਾ, ਤੇਰੀਆਂ ਬੱਸਾਂ ਚੱਲਦੀਆਂ ਨੇ ਤਾਂ ਸਾਡੀ ਟਿਕਟ ਹੀ ਮੁਫ਼ਤ ਕਰਦੇ, ਕਮਰਾ ਤਾਂ ਛੱਡ ਤੂੰ, ਤੇਰੀ ਬੱਸਾਂ ਦਾ 5 ਰੁਪਇਆ ਨੀ, ਸਾਡੀ ਟਿਕਟ ਤਾਂ ਮੁਫ਼ਤ ਨੀ ਕਰਦਾ। ਤੇ ਰਾਜੇ ਵੜਿੰਗ ਦੀ ਬੱਸ ਚੱਲਦੀ ਹੋਵੇ ਤੋਤੇ ਹੋ, ਤੇ ਮੇਰੀ ਬੇਬੇ ਕੁੜੀ ਤੋਂ ਮੈਂ 12 ਰੁਪਇਆ ਲਵਾਂ, ਮੈਨੂੰ ਸ਼ਰਮ ਆਉਣੀ ਚਾਹੀਦੀ ਹੈ। ਤੇ ਉਹ ਸੁਣੀ ਜਾਂਦੀਆਂ ਬੇਬੇ ਵੀ ਇਹ ਨੌਕਰੀਆਂ ਦੇਊਗਾ ਤੇ ਕਮਰੇ ਪਾਊਗਾ, ਜਿਹੜਾ 12 ਰੁਪਇਆ ਨੀ ਛੱਡ ਸਕਦਾ ਨੌਕਰੀ ਨੀ ਦੇ ਸਕਦਾ।